ਅੱਜ ਜਦੋਂ ਪਿਛਲੇ 2 ਸਾਲ ਦੇ ਕਰੀਬ ਹਿੰਦੁਸਤਾਨ ਦੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਤੇ ਸਾਡੇ ਖਡੂਰ ਸਾਹਿਬਾ ਹਲਕਾ ਜਿਸ ਵਿੱਚ ਇਹ ਕਪੂਰਥਲਾ ਜ਼ਿਲ੍ਹਾ ਵੀ ਇਹਦੇ ਚਾਰ ਐਸੈਂਬਲੀ ਹਲਕੇ ਜਿਹੜੇ ਉਸ ਪਾਰਲੀਮੈਂਟ ਹਲਕੇ ਨਾਲ ਸਬੰਧਤ ਹੋਣ ਕਰਕੇ ਇੱਥੋਂ ਦੇ ਸਾਡੇ ਏਕਤਾ ਪਾਰਟੀ ਦੇ ਪ੍ਰਧਾਨ ਸ੍ਰੀ ਗਰਮੀਤ ਸ੍ਰੀ ਗਰਮੀਤ لال ਬਿੱਟੂ ਜੀ ਜਿਹੜੇ ਕਿ ਉਸ ਵਕਤ ਕਾਲੀਦਾਲ ਦੀ ਗੱਡੀ 'ਚ ਚੜ ਚੁਕੇ ਬੀਬੀ ਜ਼ਗੀਰ ਕੌਰ ਜੀ ਉਹਨਾਂ ਦੇ ਨਾਲ ਆਪਣੀ ਸਮੂਚੀ ਜਥੇਬੰਦੀ ਉਹਨਾਂ ਨਾਲ ਜਿਹੜੇ ਕਿ ਮੇਰੇ ਨਜ਼ਦੀਕੀ ਮਿੱਤਰ ਨੇ ਇਹਨਾਂ ਨਾਲ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਇਹਨਾਂ ਨੂੰ ਸੰਪਰਕ ਕਰਕੇ ਸਦਾ ਜਸਬੀਰ ਸਿੰਘ ਡਿੰਪਾ ਜੀ ਨੇ ਉਹਨਾਂ ਦੇ ਗ੍ਰਹਿ ਵਿਖੇ ਲਿਆ ਕੇ ਮੀਟਿੰਗ ਕਰਾ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਸਰਾਰ ਡਿੰਪਾ ਜੀ ਦੀ ਇਲੈਕਸ਼ਨ ਨੂੰ ਹੋਰ ਬਲ ਦੇਣ ਲਈ ਇਹਨਾਂ ਵੀਰਾਂ ਨਾਲ ਬੇਨਤੀ ਕੀਤੀ ਤੇ ਇਹਨਾਂ ਨੂੰ ਜਸਬੀਰ ਸਿੰਘ ਡਿੰਪਾ ਨਾਲ ਮਲਾ ਕੇ ਉਹਨਾਂ ਦੇ ਨਾਲ ਤੋਰਿਆ ਤੇ ਇਹਨਾਂ ਤਨਮਨ ਨਾਲ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਦੀ ਕਲਾ ਕਪੂਰਥਲਾ ਅਸੈਂਬਲੀ ਹਲਕਾ ਨਹੀਂ ਸੁਲਤਾਨਪੁਰ ਲੋਧੀ ਪਲਾਥ ਜਿੱਥੇ ਜਿੱਥੇ ਇਹਨਾਂ ਦੇ ਸੱਜਣ ਮਿੱਤਰ ਇਹਨਾਂ ਦੀ ਇਕਤਾ ਪਾਰਟੀ ਦੀ ਟੀਮ ਸੀ ਉਹ ਸਾਰਿਆਂ ਨੂੰ ਇਹਨਾਂ ਨੇ ਡਾਇਰੈਕਸ਼ਨ ਦੇ ਕੇ ਜਸਬੀਰ ਸਿੰਘ ਡਿੰਪਾ ਦੀ ਡਾਟ ਕੇ ਮੱਤ ਕੀਤੀ ਤੇ ਅੱਜ ਆਉਣ ਵਾਲੀਆਂ ਜਿਹੜੀਆਂ 2022 ਦੀਆਂ ਚੋਣਾਂ ਦੇ ਸੰਬੰਧ ਵਿੱਚ ਫਿਰ ਜਸਰਾਜ ਜਸਬੀਰ ਸਿੰਘ ਡਿੰਪਾ ਦੇ ਨਾਲ ਇਹਨਾਂ ਨੂੰ ਮੀਟਿੰਗ ਕਰਾ ਕੇ ਇਹਨਾਂ ਦੀਆਂ ਜਿਹੜੀਆਂ ਲੋਕਲ ਕੋਈ ਪ੍ਰੋਬਲਮਾਂ ਸਨ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਸਰਾਜ ਜਸਬੀਰ ਸਿੰਘ ਡਿੰਪਾ ਜੀ ਨੇ ਗਰਮੀਤ لال ਬਿੱਟੂ ਜੀ ਦੇ ਸਿਰ ਤੇ ਹੱਥ ਰੱਖਿਆ ਔਰ ਇਹਨਾਂ ਨੇ ਪ੍ਰੋਮਿਸ ਦਿੱਤਾ ਕਿ ਆਉਣ ਵਾਲੇ ਸਮੇਂ 'ਚ 2022 ਦੀਆਂ ਚੋਣਾਂ 'ਚ ਸ੍ਰੀ ਗਰਮੀਤ لال ਬਿੱਟੂ ਜੀ ਤੇ ਉਹਨਾਂ ਦੀ ਜਿਹੜੀ ਟੀਮ ਹੈ ਅਦਰਜਾ ਬਦਰਜਾ ਉਹਨਾਂ ਦਾ ਬਣਦਾ ਮਾਣ ਸਤਕਾਰ ਹੈ ਉਹ ਸਰਕਾਰ 'ਚੋਂ ਦਵਾਇਆ ਜਾਵੇਗਾ ਸੱਚੀ ਗੱਲ ਕੀਤੀ ਜਾਵੇ ਕਿ ਜਿਹੜਾ ਕਿ BSP ਦੇ ਪੰਜਾਬ ਪ੍ਰਧਾਨ ਵੱਲੋਂ ਇੱਕ ਜਿਹੜਾ ਕਿ ਟਿੱਪਣੀ ਕੀਤੀ ਗਈ ਹੈ ਕਾਂਗਰਸੀ ਵਰਕਰ ਇਹ ਹਲਕੇ ਦੇ ਜੀ ਐਮ ਐਲ اے ਦੇ ਉੱਤੇ ਤਾਂ ਔਰੇ ਵਾਰ ਤੁਸੀਂ ਕੀ ਕਰਨਾ ਚਾਹੀਦਾ ਦੇਖੋ ਜੀ ਜਿੱਥੋਂ ਤੱਕ ਉਹਨਾਂ ਦੀ ਟਿੱਪਣੀ ਦਾ ਸਵਾਲ ਹੈ ਜਿਹੜੇ ਲਫ਼ਜ਼ ਉਹਨਾਂ ਨੇ ਬੋਲੇ ਮੈਨੂੰ ਸੁਣ ਕੇ ਸ਼ਰਮ ਮਹਿਸੂਸ ਹੋ ਰਹੀ ਆ ਕਿ ਸਰਦਾਰ ਗੜੀ ਜੀ ਦੇ ਮੂੰਹ ਇਹ ਲਫ਼ਜ਼ ਇੱਕ ਪੜੇ ਲਿਖੇ ਭਸਪਾ ਦੇ ਪ੍ਰਧਾਨ ਦੇ ਮੂੰਹੋਂ ਇਹ ਲਫ਼ਜ਼ ਨਿਕਲਣ ਦੇ ਇਹਨੂੰ ਮੈਂ ਸਮਝਦਾ ਕੋਈ ਦੁੱਖ ਤਾਂ ਕਿ ਜਾਂ ਮਾੜੀ ਸਬਦਾਵਲੀ ਹੋਰ ਕਿਸੇ ਲੀਡਰ ਤੋਂ ਆਸ ਨਹੀਂ ਰੱਖੀ ਜਾਂਦੀ ਜੋ ਉਹਨਾਂ ਨੇ ਵਰਤੋ ਕਿਤੇ ਉਹਦੀ ਮੈਂ ਨਿੰਦਿਆ ਕਰਦਾ ਤੇ ਆਉਣ ਵਾਲੇ ਸਮੇਂ 'ਚ ਸਾਰੇ ਜਿਹੜੇ ਕਾਂਗਰਸੀ ਵਰਕਰ ਆ ਮਾਵਾ ਨੂੰ ਕਿਤੇ ਵੀ ਮੈਦਾਨਦਖਨ ਦੇ ਲਈ ਉਹਨੇ ਕਾਂਗਰਸੀ ਵਰਕਰ ਦੇ ਆਪ ਉਹਨਾਂ ਨਾਲ ਦੋ ਹੱਥ ਕਰਨ ਨੂੰ ਤਿਆਰ ਆ ਭਾਵੇਂ ਭਸਪਾ ਉਹ ਪੋਲੀਟੀਕਲ ਫੀਲਡ 'ਚ ਆ ਕੇ ਵਰਤ ਲੈਣ ਤੇ ਚਾਹੇ ਉਹ ਕਿਸੇ ਖੇਡ ਦੇ ਮੈਦਾਨ 'ਚ ਇਜਾਮ ਪਹਿਲਵਾਨੀ ਦੇਖੇ ਇਧਰ ਜਾ ਕੇ ਗੱਡੀ ਜੀ ਵੇਖ ਲੈਣ ਮਾਵਾਂ ਨੂੰ ਤੇ ਲੋੜ ਹੀ ਕਿਤੇ ਨਹੀਂ ਲਿਆਉਂਦੀ ਸਾਨੂੰ ਅਸੀਂ ਤੇ ਆਪ ਤਗੜੇ ਆ ਜਿਹੜੇ ਕਾਂਗਰਸੀ ਆ ਇਹ ਗੜੀ ਸਾਹਿਬ ਦਾ ਕੋਈ ਭਲੇਖਾ ਹੈ ਜਿਹੜਾ ਬਾਈ ਦੀ ਚੋਣਾਂ 'ਚ ਕਾਂਗਰਸੀ ਵਰਕਰ ਸਿਰ ਤੋੜ ਮਿਹਨਤ ਕਰਕੇ ਤੇ ਕਾਂਗਰਸ ਸਰਕਾਰ ਜਿਹੜੀ ਲੋਕਾਂ ਦੇ ਭਲਾਈ ਲਈ ਕੰਮ ਕਰ ਰਹੀ ਆ ਉਹਦੇ ਰਿਜ਼ਲਟ ਦੇ ਨਤੀਜੇ ਜਿਹੜਾ ਗੜੀ ਸਾਹਿਬ ਨੂੰ ਵਧੀਆ ਠੋਕ ਚਾਹੇ ਕਿਸਾਨਾਂ ਦੇ ਕਰਜ਼ੇ ਦਾ ਚਾਹੇ ਛੋੜ ਕਾਸ਼ਟਾਂ ਦੇ ਕਰਜ਼ੇ ਦਾ ਤੇ ਚਾਹੇ ਉਹ ਜਿਹੜੇ ਬੇ ਘਰ ਜਿਹੜੇ ਲਾਲਕੀਰ ਦੇ ਪਿਛਲੇ ਕਾਫੀ ਸਮੇਂ ਤੋਂ ਕਾਬਜ ਨੇ ਜਿਹੜੇ ਕਿ ਕੋਈ 75 ਕੁੰਜਾ ਦੀ ਜ਼ਮਾਨਤ ਵੀ ਕਿਸੇ ਗਰੀਬ ਭਾਈ ਚਰੇ ਨੂੰ ਕਰਾਉਣੀ ਪੈਂਦੀ ਤੇ ਉਹਨੂੰ ਕਿਸੇ ਰਜਿਸਟਰੀ ਵਾਲੇ ਜਾਂ ਕੋਈ ਤਨਾੜ ਲੋਕਾਂ ਦੇ ਡਿਪੈਂਡ ਕਰਨਾ ਪੈਂਦਾ ਵੀ ਉਹ 75 ਕੁੰਜਾ ਜ਼ਮੀਨ ਜ਼ਮਾਨਤ ਲੈਣ ਲਈ ਵੀ ਉਹਨਾਂ ਨੂੰ ਉਹਨਾਂ ਦੇ ਨਿਰਭਰ ਪੈਣਾ ਰਹਿੰਦਾ ਪੈਂਦਾ ਹੈ ਲੇਕਿਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇੱਕ ਅਹਿਮ ਦੇ ਇਤਿਹਾਸ ਖੋਲ੍ਹ ਕੇ ਉਹ ਲਾਲਕੀਰ ਦੇ ਜਿਹੜੇ ਮਾਲਕ ਹੈ ਜਿੱਥੇ ਜਿਨ੍ਹਾਂ ਨੇ ਦਾਦਾ 20-20 ਲੱਖ ਲਾਏ ਘਰਾਂ ਦੇ ਮਕਾਨ ਲਾਏ ਲੈਕਨ ਉਹ ਕੋਈ ਘਰੇਲੂ ਗਰਜ ਨਹੀਂ ਉਹ ਰਜਿਸ਼ੀ ਰੱਖ ਕੇ ਜਿਵੇਂ ਆਪਾਂ ਕੋਈ ਪਹਿਲੇ ਦੀ ਰਜਿਸ਼ੀ ਮਕਾਨ ਦੀ ਰਜਿਸ਼ੀ ਹੋਏ ਆਪਣੀ ਕੋਈ ਪਰਿਵਾਰਕ ਗਰਜ ਪੂਰੀ ਕਰ ਸਕਦੇ ਹਾਂ ਉਹ ਨਹੀਂ ਕਰ ਸਕਦੇ ਉਹਨਾਂ ਦੇ ਨੂੰ ਮਾਲਕੀ ਹੱਕ ਦੇ ਕੇ ਰਜਿਸਟਰੀਆਂ ਫ੍ਰੀ ਕਰਨ ਦਾ ਜਿਹੜਾ ਅੱਕ ਦੇ ਕੇ ਚੰਨੀ ਸਰਕਾਰ ਨੇ ਇੱਕ ਇਤਿਆਜ਼ ਕਮੇਨਡ ਲੈ ਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਆ ਉੱਥੇ ਉਹਨਾਂ ਨੇ ਅਮਰਸ਼ੀਦ ਬਾਬਾ ਜੀ ਸਿੰਘ ਭਾਈ ਜੈਤਾ ਜੀ ਜਿਨ੍ਹਾਂ ਦੀ ਸਾਡੇ ਸਮੁੱਚੇ ਸਿੱਖ ਭਾਈਚਾਰੇ ਲੋ ਬੜੀ ਮਜਬੂਤ ਸਿੱਖ ਭਾਈਚਾਰੇ ਨੂੰ ਡਿਮਾਂਡ ਹਈ ਦੇ ਸਮੇਂ ਦੀਆਂ ਸਰਕਾਰਾਂ ਨੇ ਜਿੱਥੇ ਭਗਵਾਨ ਬਾਲਮੀਕ ਸਵਾਮੀ ਜੀ ਦੀ ਚੇਅਰ ਗੁਰੂ ਪਟਿਆਲਾ ਯੂਨੀਵਰਸਿਟੀ ਵਿੱਚ ਸਥਾਪਿਤ ਕੀਤੀ ਬੜਾ ਇਤਿਹਾਸਕ ਕੰਮ ਕੀਤਾ ਸੀ ਗੁਰੂ ਰਵੀਦਾਸ ਜੀ ਦੀ ਜਿਹੜੀ ਹੈ ਚੇਅਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਸਥਾਪਿਤ ਕਰਕੇ ਬੜਾ ਇਤਿਹਾਸਕ ਕਦਮ ਕੀਤਾ ਸੀ ਉਥੇ ਮذਬੀ ਸਿੱਖ ਮਨਾਂ ਦੇ ਵਿੱਚ ਨਰਾਜ਼ਤਾ ਸੀ ਕਿ ਸਾਡੇ ਸਿਆਸੀ ਗੁਰੂਆਂ ਜਿਹੜੇ ਇਤਿਹਾਸਕ ਗੁਰੂ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਨਾਲ ਇਤਿਹਾਸ ਸਿਰਜਿਆ ਆਇਆ ਉਹਨਾਂ ਦੇ ਬਾਬਾ ਜੈਤਾ ਜੀ ਜੀ ਦੀ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਹੈ ਉਹਨਾਂ ਦੀ ਕੁਰਬਾਨੀ ਦਾ ਜਿਨ੍ਹਾਂ ਸਹਿਬ ਸਿਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲਿਆ ਕੇ ਗੁਰੂ ਗੋਬਿੰਦ राय ਜੀ ਦੇ ਜੀ ਨੂੰ ਬੜੇ ਆਦਬ ਤੇ ਸਤਿਕਾਰ ਨਾਲ ਪੇਟ ਕੀਤਾ ਉਹਨਾਂ ਦੀ ਜਾਂਚ ਚੇਅਰ ਸਥਾਪਿਤ ਕਰਕੇ ਗੁਰੂ ਨਾਨਕ ਦੇਵ ਦਾ ਐਲਾਨ ਕਰਕੇ ਸਮੁੱਚੇ ਵਰਲਡ ਦੀਆਂ ਸਿੱਖਾਂ ਦਾ ਜਿਹੜਾ ਮذਬੀ ਸਿੱਖ ਬਾਬਾ ਜੈਤਾ ਜੀ ਦੇ ਸਰਦਾਲੂਆਂ ਦਾ ਸੇ ਗੁਰੂ ਨਾਨਕ ਨੇ ਇਹ ਲੇਵਾ ਸਿੱਖਾਂ ਦਾ ਮਨ ਜਿੱਤ ਕੇ ਇਤਿਹਾਸਕ ਫੈਸਲਾ ਲਿਆ ਉਹਦੇ ਸਤਕਾਰ ਵਜੋਂ ਅਸੀਂ ਸਮੁੱਚਾ ਐਸਸੀਬੀਸੀ ਭਾਈਚਾਰਾ ਜਲਦੀ ਸੀਐਮ ਸਾਹਿਬ ਤੋਂ ਟਾਈਮ ਮੰਗੇ ਆ ਮੈਂ ਡਿਊ ਲੈਟਰ ਲੇਖ ਕੇ ਉਹਨਾਂ ਦੇ ਜਿਹੜਾ ਪੋਲੀਟੀਕਲ ਸੈਕਟਰੀ ਆ ਉਹਨਾਂ ਨੂੰ ਦੇ ਕੇ ਆ ਕਿ ਸਾਨੂੰ ਟਾਈਮ ਦਿੱਤਾ ਜੇ ਉਹਨਾਂ ਦਾ ਸਨਮਾਨ ਕਰਨਾ ਜਿੱਥੇ ਉਹਨਾਂ ਦਾ ਸਨਮਾਨ ਕਰਨਾ ਉੱਥੇ ਹਾਈ ਕਮਾਂਡ ਦਾ ਧੰਨਵਾਦ ਕਰਨਾ ਤੇ ਜਲਦੀ ਸੀਐਮ ਸਾਹਿਬ ਨੂੰ ਸੱਦ ਕੇ ਸਮੁੱਚੀ ਕੈਬਨ ਨੂੰ ਸੱਦ ਕੇ ਲਏ ਇਤਿਹਾਸਕ ਬਦਲੇ ਇਤਿਹਾਸਕ ਫੈਸਲਿਆਂ ਦੇ ਵਜੋਂ ਉਹਨਾਂ ਦੀ ਮਾਜੇ ਦੀ ਧਰਤੀ ਤੇ ਚੰਨੀ ਸਾਹਿਬ ਦਾ ਔਰ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ ਉਹਨਾਂ ਦਾ ਸਨਮਾਨ ਸਮੁੱਚਾ ਐਸਸੀ ਤੇ ਬੀਸੀ ਭਾਈਚਾਰਾ ਕਰੇਗਾ ਇੱਕ ਇਤਿਹਾਸਕ ਇਕੱਠ ਕਰਕੇ ਮੈਂ ਗਰਮੀਤ ਲਾ ਬਟੂ ਪ੍ਰਧਾਨ ਇਕਤਾ ਪਾਰਟੀ ਔਰ ਪਿਛਲੇ ਦਿਨੀ ਮੈਂ ਸਮਝਦਾ ਇਕਤਾ ਪਾਰਟੀ ਨੇ ਸੁਲਤਾਨਪੁਰ ਸਾਹਿਬ ਜੇ ਤਰਤੀ ਦੇ ਵਿੱਚ ਚੀਮਾ ਸਾਹਿਬ ਨਾਲ ਮੁਲਾਕਾਤ ਕੀਤੀ ਸੀਗੀ ਉਹਨਾਂ ਦੇ ਵੀ ਧਿਆਨ ਚ ਗੱਲ ਲਿਆਂਦੀ ਸੀਗੀ ਔਰ ਸਿਆਲਕਾ ਸਾਹਮਣੇ ਫੋਨ ਵੀ ਕੀਤਾ ਸੀਗਾ ਵੀ ਮੈਂ ਸਮਝਦਾ 2019 ਦੇ ਵਿੱਚ ਇਕਤਾ ਪਾਰਟੀ ਨੇ ਵੱਡੇ ਪੱਧਰ ਤੇ ਬਗੈਰ ਕਿਸੇ ਸ਼ਰਤ ਤੇ ਵੀ ਇਕਤਾ ਪਾਰਟੀ ਨੇ ਜਾ ਜਸਵੀਰ ਸਿੰਘ ਡਿੰਪਾ ਜੀ ਨਾਲ ਡਿੰਪਾ ਜੀ ਦੀ ਮਦਦ ਕੀਤੀ ਸੀਗੀ ਵੀ ਮੈਂ ਸਮਝਦਾ ਇਕਤਾ ਪਾਰਟੀ ਦੀ ਸਦਕਾ ਵੀ ਡਿੰਪਾ ਜੀ ਜਿੱਤੇ ਸੀ ਕਿਉਂਕਿ ਕਾਫੀ ਵੱਡੇ ਪੱਧਰ ਦੀ ਲੀਡ ਨਾਲ ਜਿੱਤੇ ਸੀਗੇ ਔਰ ਲਗਭਗ ਮੈਂ ਸਮਝਦਾ ਵੀ ਅੱਜ ਦਾ ਸਾਨੂੰ ਪ੍ਰੋਗਰਾਮ ਮਿਲਿਆ ਸੀਗਾ ਮਿਲਣ ਦਾ ਔਰ ਸਿਆਲਕਾ ਸਾਹਿਬ ਤੇਕਤਾ ਪਾਰਟੀ ਟੀਮ ਜਿਹੜੀ ਹੈ ਸਮੁਤੀ ਜਿਹੜੀ ਹੈ ਉਹਨਾਂ ਦੇ ਗ੍ਰਹਿ ਵੀ ਜਾ ਕੇ ਮਿਲੀ ਸੀਗੀ ਔਰ ਕੁਝ ਮੁਸ਼ਕਲਾਂ ਸੀਗੀਆਂ ਵੀ ਮੈਂ ਸਮਝਦਾ ਉਹ ਜਿਹੜਾ ਮੁਸ਼ਕਲ ਮੁਸ਼ਕਲਾ ਜਿਹੜੀਆਂ ਸੀਗਾ ਮੌਕੇ ਤੇ ਉਹਨਾਂ ਨੇ ਹੱਲ ਕੀਤਾ ਵਾ ਔਰ ਸਿਆਲਕਾ ਸਾਹਿਬ ਨੇ ਜਿਹੜਾ ਇੱਕ ਲੈਟਰ ਜਿਹੜਾ ਹੈ ਸੀਐਮ ਸਾਹਿਬ ਨੂੰ ਭੇਜਿਆ ਵਾ ਵੀ ਮੈਂ ਸਮਝਦਾ ਬਹੁਤ ਛੇਤੀ ਅਸੀਂ ਇੱਕ ਸੀਐਮ ਸਾਹਿਬ ਨੂੰ ਮਿਲ ਕੇ ਕਿਉਂਕਿ ਅਸੀਂ ਵੀ ਜਿਹੜੀਆਂ ਗੱਲਾਂ ਵਾ ਗਰੀਬਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਗਰੀਬਾਂ ਦੀ ਭਲਾਈਆਂ ਵਾਸਤੇ ਜਿਹੜੀਆਂ ਸਕੀਮਾਂ ਹੈਗੀਆਂ ਉਹ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਕਿਉਂਕਿ ਇਕਤਾ ਪਾਰਟੀ ਸਮੇਂ-ਸਮੇਂ 'ਤੇ ਕੋਈ ਵੀ ਪ੍ਰੋਗਰਾਮ ਕਰਦੀ ਹੈ ਉਹ ਮੈਂ ਸਮਝਦਾ ਗਰੀਬਾਂ ਦੇ ਹੱਕ ਵਿੱਚ ਹੀ ਕਰਦੀ ਹੈ ਅੱਜ ਵੀ ਜਿਹੜੀਆਂ ਉੱਥੇ ਗੱਲਾਂ ਹੋਈਆਂ ਉਹ ਗਰੀਬ ਸਮਾਜ ਦੇ ਹੱਕ ਦੇ ਵਿੱਚ ਹੀ ਹੋਈਆਂ ਵਾ ਵੀ ਮੈਂ ਸਮਝਦਾ ਸਿਆਲਕਾ ਸਾਹਿਬ ਦੇ ਨਾਲ ਅਸੀਂ ਰਲ ਕੇ ਇਹਨਾਂ ਦੀ ਅਗਵਾਈ ਦੇ ਵਿੱਚ ਬੋਹ ਛੇਤੀ ਮੈਂ ਸਮਝਦਾ ਸੀਐਮ ਸਾਹਿਬ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਹ ਜਿਹੜੀਆਂ ਐਸੀ ਬੀਸੀ ਦੇਆਂ ਕੁਝ ਮੁਸ਼ਕਲਾ ਹੈਗੀਆਂ ਜਿਸ ਤਰ੍ਹਾਂ ਡਿੰਪਾ ਜੀ ਨੇ ਅੱਜ ਮੌਕੇ ਤੇ ਹੱਲ ਕੀਤੀਆਂ ਵੀ ਸਾਨੂੰ ਪੂਰੀ ਆਸ ਹੈਗੀ ਹੈ ਵੀ ਜੋ ਸੀਐਮ ਸਾਹਿਬ ਮਹੀਨੇ ਡੇਢ ਦੇ ਵਿੱਚ ਜੋ ਗਰੀਬਾਂ ਨੂੰ ਬੰਦੇ ਅਧਿਕਾਰ ਮਿਲੀ ਜਾਂਦੇ ਪਏ ਆ ਕਿਉਂਕਿ ਲੜਾਈ ਹਮੇਸ਼ਾ ਜਿਹੜੀ ਹੈ ਗਰੀਬ ਸਮਾਜ ਦੀ ਹੁੰਦੀ ਹੈ ਗਰੀਬ ਸਮਾਜ ਨੂੰ ਮੈਂ ਸਮਝਦਾ ਬੰਦਾ ਮਾਨ ਸਤਕਾਰ ਮਿਲੀ ਜਾਵੇ ਤੇ ਮੈਂ ਸਮਝਦਾ ਦੂਸਰੀਆਂ ਪਾਰਟੀਆਂ ਦੀ ਲੋੜ ਕੋਈ ਨਹੀਂ ਹੈਗੀ ਇੱਕ ਤੁਹਾਡੇ ਜਰੀਏ ਮੈਂ ਇੱਕ ਹੋਰ ਬਿਆਨ ਦੇਣਾ ਚਾਹਨਾ ਵੀ ਵੀ ਜਿਹੜਾ ਗੜੀ ਜਿਹੜੇ ਹੈਗੇ ਆ ਬੀਐਸਪੀ ਪੰਜਾਬ ਪ੍ਰਧਾਨ ਹੈਗੇ ਆ ਪਿਛਲੇ ਦਿਨੀ ਮੈਂ ਵੀ ਉਹਨਾਂ ਦਾ ਇੱਕ ਬਿਆਨ ਸੁਣਿਆ ਸੀਗਾ ਸੁਲਤਾਨਪੁਰ ਹਲਕੇ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀਗੀ ਵੀ ਇਹ ਚਾਰ ਹਲਕਿਆਂ ਦੇ ਵਿੱਚ ਚਾਹੇ ਇਹਨਾਂ ਦੀ ਮਾਵਾਂ ਕਬਰਾਂ ਵਿੱਚੋਂ ਬਾਹਰ ਆਜਣ ਵੀ ਤਾਂ ਵੀ ਇਹ ਚਾਰ ਸੀਟਾਂ ਨਹੀਂ ਹਾਰ ਆ ਸਕਦੇ ਮੈਂ ਗੜੀ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹਨਾ ਕਿ ਪੰਜਾਬ ਦੇ ਵਿੱਚ ਨਗਰ ਨਗਰ ਕੌਂਸਲ ਇਲੈਕਸ਼ਨਾਂ ਹੋਈਆਂ ਟਵਾਡੇ ਕੋਤੇ ਇੱਕ ਪੰਜਾਬ ਦੇ ਵਿੱਚ ਇੱਕ ਐਮਸੀ ਨਾ ਬਣਿਆ ਤੁਸੀਂ ਕਿੱਥੋਂ ਚੇਤਾ ਦਿਨਾ 25 25 50 50 ਲੱਖ ਰੁਪਇਆ ਲੈ ਕੇ ਤੁਸੀਂ ਟਿਕਟਾਂ ਦੇਣ ਦੇ ਆ ਅਸੀਂ ਤੁਹਾਡੇ ਰਾਹੀਂ ਮੰਗ ਕਰਦੇ ਆਂ ਵੀ ਜੇ ਇਹ ਸ਼ਖਸ ਨੇ ਨਾ ਮਾਫੀ ਮੰਗੀ ਪੰਜਾਬ ਦੇ ਵਿੱਚ ਜਿਹੜੇ ਇਹਦੇ ਪੁੱਤਲੇ ਸਾਡੇ ਜਾਣਗੇ ਔਰ ਅਸੀਂ ਸੁਖਵੀਰ ਬਾਦਲ ਨੂੰ ਕਹਿੰਨੇ ਆਂ ਵੀ ਜੇ ਇਹਨਾਂ ਤੋਂ ਸਮਝੌਤਾ ਕੀਤਾ ਵੀ ਉਹ ਦੇਖੋ ਇੰਨੇ ਬਿਆਮਾੜੇ ਬਿਆਨ ਦੇਣ ਦਿਆ ਵਾ ਵੀ ਉਹ ਦੇਖੋ ਇੰਨੇ ਬਿਆਮਾੜੇ ਬਿਆਨ ਦੇਣ ਦਿਆ ਵਾ ਜੇ ਤੁਹਾਡੇ ਮਾਪਿਓ ਨੂੰ ਕੱਲ ਕੋਈ ਬੰਦਾ ਗੱਲ ਕਵੇ ਤਾਨੂੰ ਕਿੰਨੀ ਤਕਲੀਫ ਹੋਊਗੀ ਤੁਸੀਂ ਇਲੈਕਸ਼ਨ ਲੜਨੀ ਆ ਲੜੋ ਜੀ ਸੱਚਕੇ ਲੜੋ ਅਸੀਂ ਜਸਵੀਰ ਸਿੰਘ ਗੜੀ ਨੂੰ ਗੱਲਾ ਕਰਨਾ ਕਰਨਾ ਚਾਹੁੰਦੇ ਆ ਕਿ ਭਾਈ ਤੂੰ ਆਪਣਾ ਜਾ ਕੇ ਫਗਵਾੜਾ ਸਾਹਬ ਤੇ ਕੋਈ ਕੋ ਨਗਰ ਨਿਗਮ ਦਾ ਕੋਈ ਐਮਸੀ ਨਹੀਂ ਬਣਿਆ ਤੂੰ ਐਮਐਲਏ ਕਿੱਥੋਂ ਬਣਾਣਾ ਵਾ ਤੂੰ ਤੇ ਸਿਰਫ ਪੈਸੇ ਲੈਣ ਦੀ ਖਾਤਰ ਕਿਸੇ ਕੋ 25 ਲੱਖ ਰੁਪਏ ਲੈਣ ਦਿਆ ਕਿਸੇ ਕੋ 50 ਲੱਖ ਰੁਪਏ ਲੈਣ ਦਿਆ ਵਾ ਇਕਤਾ ਪਾਰਟੀ ਵੀ ਸੁਲਤਾਨਪੁਰ ਦੇ ਵਿੱਚ ਜਾ ਕੇ ਪ੍ਰਸ਼ਾਸਨ ਨੂੰ ਇਹਦੇ ਖਿਲਾਫ ਜਿਹੜੀ ਇੱਕ ਮੰਗ ਪੱਤਰ ਦਊਗੀ ਵੀ ਜਾਂ ਤੇ ਇਸ ਬੰਦੇ ਦੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਸਮੁੱਚੇ ਪੰਜਾਬ ਕੋਲੋਂ ਜੜੇ ਨੇ ਮਾਅ ਸ਼ਬਦ ਬੋਲੇ ਆ ਕਿਉਂਕਿ ਸੁਖਵੀਰ ਬਾਦਲ बार-बार ਕਹਿੰਦਾ ਨਾ ਕਿ ਮਾਪਿਓ ਜੇ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਵੀ ਤੇਰੇ ਭਾਈ ਵੱਲ ਦੇ ਜਿਹੜੇ ਬਿਆਨ ਦਿੱਤੇ ਆ ਮੈਂ ਸਮਝਦਾ ਚਾਰ ਸੀਟਾਂ ਤੇ ਕੀ ਇਹਨਾਂ ਜਿਤਨੀਆਂ ਵਾ ਇਹਨੇ ਤੁਹਾਡੇ ਪੰਜਾਬ ਦੇ ਵਿੱਚ ਜਮਾਨਤਾ ਜਬਤ ਕਰਾ ਦੇਣੀਆਂ ਇਹ ਦੱਸੇ ਪਹਿਲਾਂ ਪੰਜਾਬ ਤੋਂ ਪਹਿਲਾਂ ਵੀ ਕਿੱਥੇ ਸੀਗਾ ਨਾ ਤੇ ਕਰੀ ਇਹਦੀ ਕੋਈ ਫੋਟੋ ਆਈ ਨਾ ਕਰੀ ਇਹਦਾ ਕੋਈ ਬਿਆਨ ਲੱਗਾ ਅੱਜ ਕਾਲੀਆਂ ਨਾਲ ਰਲ ਕੇ ਬਿਆਨ ਦੇਣ ਦਿਆ ਵਾ ਇਸ ਕਰਕੇ ਅਸੀਂ ਤੁਹਾਡੇ ਦੇ ਬੇਨਤੀ ਕਰਨਾ ਚਾਹੁੰਦੇ ਆਂ ਵੀ ਇਸ ਪਸਲਤਾਨਪੁਰ ਹਲਕੇ ਦੇ ਵਿੱਚ ਇਹ ਗੱਡੀ ਦੇ ਖਿਲਾਫ ਜਿਹੜਾ ਇੱਕ ਕੰਪਲੀਟ ਪਾਈ ਜਾਊਗੀ ਜਾਂ ਤੇ ਸਮੁੱਚੇ ਪੰਜਾਬ ਕੋਲੋਂ ਮਾਫੀ ਮੰਗੇ ਵੀ ਠੀਕ ਹੈ ਮੇਰੇ ਕੋਲ ਗਲਤੀ ਹੋ ਗਈ ਨਹੀਂ ਦੇ ਦਾ ਹਸ਼ਰ ਜਿਹੜਾ ਵਾ ਉਹ ਸਾਰਾ ਜਿਹੜਾ ਸ਼੍ਰੋਮਣੀ ਕਾਲੀਦਾਨ ਨੂੰ ਭੁਗਤਣਾ ਪਊਗਾ ਇਹ ਤੁਹਾਡੇ ਲਈ ਬੇਨਤੀ ਕਰਦੀ